ਸੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਨੂੰ ਪਤਾ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ, ਨਹੀਂ ਕਰਦੇ ਸੱਚੀ, ਨਹੀਂ ਕਰਦੇ, ਨਹੀਂ ਕਰਦੇ। 60% ਜਿਹੜੇ ਲੋਕੀ ਆ ਇਦਾਂ ਹੀ ਵੇਂਦੇ ਆ, ਇਦਾਂ ਹੀ ਦੇਖਦੇ ਹੋ। ਸਭ ਤੋਂ ਪਹਿਲਾਂ ਲਾਲ ਬਟਨ ਹੋਣਾ ਥੱਲੇ, ਪਹਿਲਾਂ ਉਹਨੂੰ ਪ੍ਰੈਸ ਕਰੋ, ਨਾਲੇ ਫਿਰ ਬੈਲ ਆਈਕਨ ਪ੍ਰੈਸ ਕਰੋ ਕਰੋ ਪ੍ਰੈਸ ਕਰੋ ਕਰ ਦੋ। ਇਹ ਦੇਖਣ ਦੇ ਆ, ਇਹ ਵੇਖਣ ਦੇ ਆ, ਤੁਸੀਂ ਅਜੇ ਵੀ ਨਹੀਂ ਕੀਤਾ ਪ੍ਰੈਸ, ਪ੍ਰੈਸ ਕਰਕੇ ਕਰੋ ਪਹਿਲਾਂ, ਫਿਰ ਬੈਲ ਆਈਕਨ ਨੱਪ ਦੋ, ਆਲ ਨੋਟੀਫਿਕੇਸ਼ਨ ਆਨ ਕਰ ਦੋ, ਠੀਕ ਆ, ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਹੁਣ ਸਾਡੀ ਵੀਡੀਓ ਦੇਖੋ। ਸੌਖਾ ਹੋਏ, ਆਪਣੇ ਬਾਪੂ ਨੂੰ ਪਾਣੀ ਪਿਆ। ਬਾਪੂ ਜੀ ਆ ਫੜੋ ਪਾਣੀ ਪੀ ਲਓ। ਉੱਤੇ ਮੇਰੀ ਗੱਲ ਸੁਣ, ਮੈਨੂੰ ਲੱਗਣ ਡਿਆ ਮੇਰੇ ਅੱਜ ਹੁਣ ਦਿਨ ਥੋੜੇ ਹੀ ਹੋ, ਤੂੰ ਇੱਦਾਂ ਕਰ ਜਾਂ ਆਪਣੇ ਚਾਚੀ ਨੂੰ ਵਾਰੇ ਮਾਰ ਕੇ ਲਿਆ। ਚਲੋ ਠੀਕ ਹੈ, ਮੈਂ ਸੱਦ ਲਿਆਉਣਾ। ਠੀਕ ਚਾਚਾ ਜੀ, ਉਹ ਤੁਹਾਨੂੰ ਨਾ ਬਾਪੂ ਜੀ ਨੇੜੇ ਬੁਲਾਉਣ। ਯੁਵਰਾਜ ਸਿੰਘ ਮੇਰੀ ਗੱਲ ਸੁਣ, ਇੱਕ ਮੇਰੇ ਜਾਣ ਦੇ ਮਗਰੋਂ ਮੇਰੇ ਮੁੰਡੇ ਨੂੰ ਤੂੰ ਕਦੀ ਮਨੇਰੇ ਨਹੀਂ ਉਠਾਉਣਾ, ਨਾ ਇਹਨੂੰ ਕਦੀ ਲੱਸੀ ਪਿਆਉਣੀ ਆ, ਨਾ ਦੁੱਧ, ਇਹਨੂੰ ਤੂੰ ਕੁਝ ਨਹੀਂ ਖਵਾਉਣਾ, ਤੇ ਮੇਰੇ ਮੁੰਡੇ ਨੂੰ ਜਿੰਨੀ ਚਾਹ ਹੋ ਸਕਦੀ ਉਨੀ ਪਿਆਉਣੀ ਹੈ, ਤੇ ਇਹਨੂੰ ਕਦੀ ਵੀ ਤੂੰ ਕੰਮ ਨਹੀਂ ਡਾਉਣਾ, ਇਹਨੂੰ ਐਸ਼ ਲੈਣ ਦੇਣੀ ਆ, ਜਿੰਨੇ ਪੈਸੇ ਮੰਗੂਗਾ ਉਸੇ ਵੇਲੇ ਤੂੰ ਇਹਨੂੰ ਦਿਆ ਕਰਨੇ ਆ, ਤੇ ਦੂਜੀ ਗੱਲ ਇਹ ਆ ਇਹਨੂੰ ਤੂੰ ਕਿਸੇ ਵੀ ਸਕੂਲ ਪੜ੍ਹਨ ਨਹੀਂ ਦੇਣਾ, ਨਾ ਤੂੰ ਕਿਸੇ ਸਕੂਲ ਇਹਨੂੰ ਪਾਉਣਾ ਵਾ, ਭਾਵੇਂ ਜਿੰਨੀ ਮਰਜ਼ੀ ਵੱਡੀ ਗਲਤੀ ਕਰੇ ਜਾਂ ਜੋ ਮਰਜ਼ੀ ਕਰੇ, ਤੂੰ ਕਦੀ ਇਹਨੂੰ ਗੁੱਸੇ ਨਹੀਂ ਹੋਣਾ, ਝਿੜਕਣਾ ਨਹੀਂ ਮੇਰੇ ਮੁੰਡੇ ਨੂੰ, ਭਾਵੇਂ ਜਿੰਨੀ ਮਰਜ਼ੀ ਵੱਡੀ ਗਲਤੀ ਕਰ ਆਵੇ, ਇਹਦੇ ਕੋਲ ਜਿੰਨੀ ਅਵਾਰਾਗਰਦੀ ਹੁੰਦੀ ਨਾ ਇਹਨੂੰ ਤੂੰ ਕਰਨ ਦੇਈ, ਇਹਨੂੰ ਕਦੇ ਵੀ ਤੂੰ ਪੈਲੀਆਂ 'ਚ ਨਹੀਂ ਵੜਨ ਦੇਣਾ, ਕੋਈ ਕੰਮ ਨਹੀਂ ਕਰਾਉਣਾ ਮੇਰੇ ਮੁੰਡੇ ਕੋਲ। ਅਤੇ ਦੂਜੀ ਗੱਲ ਇਹ ਆ, ਬਾਪੂ ਜੀ ਕੋਈ ਗੱਲ ਨਹੀਂ, ਕੀ ਗੱਲ ਹੋ ਗਈ ਬਾਪੂ ਜੀ? ਕੱਲ ਆ ਜੂੰਗਾ ਯਾਰ, ਮਿਲਣ ਮੈਂ। ਹਾਂ ਆ ਜੂੰਗਾ ਬਾਪੂ ਜੀ, ਕੋਈ ਗੱਲ। ਅੰਦਰ ਕੀ ਹੋ ਗਿਆ, ਬੜੀਆਂ ਆਵਾਜ਼ਾਂ ਆਉਂਦੀਆਂ। ਬਾਪੂ ਜੀ ਕੀ ਹੋਇਆ ਅੰਦਰ? ਹੁਣ ਕੀ ਆ, ਆੜ ਹੈ ਮੰਜੇ 'ਤੇ ਪਿਆ, 5-6 ਸਾਲ ਹੋ ਗਿਆ ਰਿੜ ਗਿਆ ਜੀ, ਤਾਇਆ ਪੂੜਾ ਹੋ ਗਿਆ। ਇੱਧਰ ਨੂੰ ਆ, ਮਰ ਗਿਆ, ਮਰਨਾ ਜਿੰਨੇ ਮਰ ਗਿਆ। ਤੂੰ ਬੜਾ ਕੀ ਕਰ, ਕਾਗਜ਼ ਕੁਗਜ਼ ਲਿਆ ਕੋਈ ਖਾਲੀ, ਅਤੇ ਉੱਥੇ ਗੁੱਠਾ ਲਵਾ ਲਈਏ, ਇਹਦਾ ਪੈਲੀ ਪੁਲੀ ਸਾਰੀ ਨਾਲ ਲਵਾ ਲੈਂਦੇ ਹਾਂ। ਬਾਪੂ ਤੇਰਾ ਦਿਮਾਗ ਖਰਾਬ ਹੋ ਗਿਆ, ਉਹ ਵਿਚਾਰਾ ਕਿ ਅੰਦਰ ਪੂੜਾ ਹੋ ਗਿਆ ਹੈ, ਤੈਨੂੰ ਪੈਲੀ ਦੀ ਪਈ ਆ। ਭਰਾ ਉਹਨੇ ਹੋਣਾ ਹੀ ਪੂਰਾ ਕਿ ਬੈਠਾ ਰਹਿਣਾ ਸੀ, ਨਾਲੇ ਪੂਰਾ ਨਹੀਂ ਹੋਇਆ, ਸਗੋਂ ਛੁੱਟ ਗਿਆ ਵਾ, ਭਲਾ ਹੋਇਆ ਉਹਦਾ। ਟੈਨਸ਼ਨ ਨਾ ਲੈ ਤੂੰ, ਨਾਲੇ ਮੈਂ ਤੇਰਾ ਹੀ ਭਲਾ ਸੋਚਣ ਡਿਆ ਵਾਂ, ਐਵੇਂ ਤੂੰ ਨਾਲੇ ਲੈਕਚਰ ਦੇਈ ਜਾਂਦਾ ਗੜੀਓ, ਲਿਆ ਕਾਗਜ਼ ਅਤੇ ਲਵਾ ਲਈਏ ਗੁੱਠਾ। ਚੱਲ ਠੀਕ ਹੈ ਬਾਪੂ ਜੀ। ਕੀ ਗੱਲ ਹੋ ਗਈ ਬਾਪੂ ਜੀ, ਬੜੇ ਸੋਚੀ ਪਏ ਜੇ? ਉਹ ਸੋਚੀ ਭਰਾ ਮੈਂ ਕਿਸੇ ਨਹੀਂ ਪਿਆ, ਤੂੰ ਆਪਣਾ ਕੰਮ ਕਰ ਜਾ ਕੇ। ਯਾਰ ਮੈਨੂੰ ਇਹ ਸਮਝ ਨਹੀਂ ਲੱਗਣ ਦੀ ਕਿ ਜਦੋਂ ਮਰਨ ਡਿਆ ਸੀਗਾ ਉਦੋਂ ਨੇ ਆਪਣੇ ਮੁੰਡੇ ਬਾਰੇ ਮੈਨੂੰ ਇਹ ਕੁਝ ਗੱਲ ਹੀ ਕਿਹਾ। ਮੇਰੇ ਮੁੰਡੇ ਨੂੰ ਤੂੰ ਕਦੀ ਮਨੇਰੇ ਨਹੀਂ ਉਠਾਉਣਾ, ਨਾ ਇਹਨੂੰ ਕਦੀ ਲੱਸੀ ਪਿਆਉਣੀ ਆ, ਨਾ ਦੁੱਧ, ਇਹਨੂੰ ਤੂੰ ਕੁਝ ਨਹੀਂ ਖਵਾਉਣਾ, ਇਹਨੂੰ ਤੂੰ ਕਿਸੇ ਵੀ ਸਕੂਲ ਪੜ੍ਹਨ ਨਹੀਂ ਦੇਣਾ, ਨਾ ਤੂੰ ਕਿਸੇ ਸਕੂਲ ਇਹਨੂੰ ਪਾਉਣਾ ਵਾ, ਭਾਵੇਂ ਜਿੰਨੀ ਮਰਜ਼ੀ ਵੱਡੀ ਗਲਤੀ ਕਰੇ ਜਾਂ ਜੋ ਮਰਜ਼ੀ ਕਰੇ, ਤੂੰ ਕਦੀ ਇਹਨੂੰ ਗੁੱਸੇ ਨਹੀਂ ਹੋਣਾ, ਝਿੜਕਣਾ ਨਹੀਂ ਮੇਰੇ ਮੁੰਡੇ, ਇਹਦੇ ਕੋਲ ਜਿੰਨੀ ਅਵਾਰਾਗਰਦੀ ਹੁੰਦੀ ਨਾ ਇਹਨੂੰ ਤੂੰ ਕਰਨ ਦੇਈ। ਲੱਗ ਗਿਆ, ਕੋਈ ਨਹੀਂ, ਮੈਨੂੰ ਪਤਾ ਬੜੇ ਔਂਤਰੇ ਹੁੰਦੇ ਸ਼ਰੀਕ, ਇੱਦਾਂ ਕਿੱਦਾਂ ਇਹਦੇ ਮੁੰਡੇ ਨੂੰ ਐਸ਼ ਕਰ ਦੂੰ ਮੈਂ, ਮੇਰਾ ਮੁੰਡਾ ਹੈ ਨਹੀਂ ਗਾ, ਜੋ ਇਹਨੇ ਕਹਿਣਾ ਉਹ ਕਰੂਗਾ ਮੇਰਾ ਮੁੰਡਾ, ਅਤੇ ਜੋ ਮੈਂ ਹੁਣ ਸੋਚਿਆ ਨਾ ਉਹ ਇਹਦਾ ਮੁੰਡਾ ਕਰੂਗਾ, ਉਲਟ ਕਰੂੰਗਾ ਹੁਣ ਮੈਂ। ਉਹ ਸੁੱਖ, ਉਹ ਚਾਚਾ ਜੀ ਉੱਠ ਪੈਂਦਾ ਵਾ, ਅਜੇ ਤਾਂ ਟਾਈਮ ਹੀ ਕੁਛ ਨਹੀਂ ਆਇਆ, 10 ਮਿੰਟ ਹੋਰ ਸੋੜਨ ਦਿਓ ਫਿਰ ਉੱਠ ਪੈਂਦਾ ਵਾ। ਕੋਈ 10-2 ਮਿੰਟ ਹੀ, ਚੱਲ ਉੱਠ, ਚੱਲ ਉੱਠ ਉੱਠ, ਵੇਹਨਾ ਕੀ ਮੇਰੇ ਵੱਲ ਕੰਮ ਕਰ ਰਿਹਾ ਉੱਥੇ। ਪਾਇਆ ਪੱਠੇ? ਪਾਇਆ ਪੱਠੇ ਪਾਇਆ। ਗੋਹਾ? ਗੋਹਾ ਵੀ ਸੁੱਟ ਆਇਆ। ਸਾਰੇ ਕੰਮ ਕਰਾਇਆ? ਸਾਰੇ ਕੰਮ ਹੋ ਗਏ। ਆਹ ਦੁੱਧ ਦਾ ਗਲਾ ਫੜ ਅਤੇ ਨਾਲੇ ਉਹ ਡੰਡ ਡੁੰਡ ਮਾਰ।
ਓਏ ਮਲਾਈ ਵਾਲਾ ਦੁੱਧ ਇਹ ਨਹੀਂ ਮੇਰੇ ਕੋ ਪੀਤਾ ਜਾਣਾ ਰਹਿਣ ਦੋ ਚੁੱਪ ਕਰਕੇ ਪੀ ਲਾ ਹਲੋ ਜਾ ਕੇ ਦੰਦ ਪੈਰ ਕਾ ਮਾਰ ਜਾ ਕੇ ਚਾਚਾ ਜੀ ਬਾਹਰ ਕਰ ਲਾਂਗੇ ਕੋਈ ਗੱਲ ਨਹੀਂ ਹੁਣ ਮੈਨੂੰ ਸੌਣ ਦਿਓ ਘੜੀ ਕੁ ਬਾਅਦ ਸਵੇਰ ਦਾ ਸੁੱਤਾ ਹੀ ਆ ਜਾ ਕੇ ਕਰ ਜਿਹੜਾ ਕੰਮ ਤੈਨੂੰ ਕਿਹਾ ਮਾਰਿਆ ਡੰਡ ਹਾਂਜੀ ਹਾਂਜੀ ਡੰਡ ਮਾਰਿਆ ਜੀ ਹੁਣ ਮਤਲਬ ਪੂਰਾ ਮੈਂ ਥੱਕਿਆ ਹੁਣ ਮੈਂ ਨਾ ਘੜੀ ਕੁ ਆਰਾਮ ਕਰ ਲਾ ਅੱਛਾ ਉਹ ਤਾਂ ਠੀਕ ਆ ਤੇ ਤੇਰੀ ਮੈਂ ਕਾਲਜ ਐਡਮਿਸ਼ਨ ਕਰਾਇਆ ਆ ਤੇ ਕੱਲ੍ਹ ਤੋਂ ਹੁਣ ਤੂੰ ਕਾਲਜ ਜਾਇਆ ਕਰਨਾ ਉਹ ਕਾਲਜ ਦੀ ਕੀ ਲੋੜ ਸੀ ਇੱਥੇ ਵਧੀਆ ਰਹਿਣ ਡਿਆ ਮੈਂ ਪਹਿਲਾਂ ਵੀ ਲੈ ਇੱਦਾਂ ਰਹਿਣ ਤੂੰ ਮੈਨੂੰ ਪੜਨਾ ਨਹੀਂਗਾ ਪੜ ਕੀ ਲੈਣਾ ਵਾ ਰਹਿਣ ਤੂੰ ਛੱਡੋ ਠਾ ਮੈਂ ਐਡਮਿਸ਼ਨ ਕਰਾਤੀ ਆ ਤੂੰ ਬਸ ਕੱਲ੍ਹ ਤੋਂ ਕਾਲਜ ਜਾਣਾ ਹੁਣ ਚੱਲ ਜਾ ਹੁਣ ਹਾਂ ਆ ਗਏ ਕੱਲ੍ਹ ਜੋ ਹਾਂਜੀ ਹਾਂਜੀ ਆ ਗਏ ਹਾਂ ਉਹਨਾਂ ਚਾਚਾ ਜੀ ਮੈਨੂੰ ਸਾਨੂੰ ਕੰਮ ਸੀ ਤੁਹਾਡੇ ਨਾਲ ਇੱਕ ਉਹ ਕਾਲਜ ਵਾਲੇ ਮੁੰਡਿਆਂ ਨੇ ਜਿੰਨੇ ਮੁੰਡਿਆਂ ਗਏ ਨਾ ਸਾਡੇ ਨਾਲ ਜਿਹੜੇ ਉੱਥੇ ਰਹਿੰਦੇ ਆ ਉਹ ਸਾਰਿਆਂ ਨੇ ਸਲਾਹ ਕੀਤੀ ਆ ਵੀ ਅਸੀਂ ਮਤਲਬ 2000 ਰੁਪਇਆ ਦੋਵਾਂ ਨੇ ਲੈ ਕੇ ਜਾਣਾ ਵਾ ਕਾਲਜ ਘੁੰਮਣ ਜਾਣਾ ਆਪਾਂ ਕਿਤੇ ਇਹਨੂੰ ਐਸ ਲੈਣ ਦੇਣੀ ਆ ਜਿੰਨੇ ਪੈਸੇ ਮੰਗੂਗਾ ਉਸੇ ਵੇਲੇ ਤੂੰ ਇਹਨੂੰ ਦਿਆ ਕਰਨੇ ਆ ਕੋਈ ਪੈਸੇ ਨਹੀਂ ਮਿਲਣੇ ਤੁਹਾਨੂੰ ਪੜ੍ਹਨ ਜਾਂਦੇ ਜਾਂ ਘੁੰਮਣ ਜਾਂਦੇ ਜੇ ਤੁਸੀਂ ਪੈਸੇ ਚਾਹੀਦੇ ਤੁਹਾਨੂੰ ਜਾ ਕੇ ਪੜ੍ਹੋ ਨਹੀਂ ਚਲੋ ਤੁਹਾਡੀ ਗੱਲ ਮੰਨਦੇ ਹਾਂ ਪਰ ਹੁਣ ਤੁਹਾਨੂੰ ਪਤਾ ਆ ਮਤਲਬ ਕਾਲਜ ਵਾਲੇ ਮੁੰਡਿਆਂ ਨਾਲ ਸਾਰਿਆਂ ਰਲ ਕੇ ਚੱਲਣਾ ਪੈਂਦਾ ਵਾ ਸਾਨੂੰ 2000 ਰੁਪਇਆ ਸਾਰਾ ਆਉਣਾ ਵਾ ਦੇ ਦੂ ਹਾਂ ਅੱਛਾ ਤੇ ਜੋ ਕਰਨਗੇ ਉਹੀ ਇਹ ਕਰਨਾ ਉਹ ਪੈਸੇ ਲੈ ਕੇ ਆਉਣਗੇ ਘਰੋਂ ਉਹਨਾਂ ਨੂੰ ਤਾਂ ਵਾਧੂ ਪੈਸੇ ਹੋਣਗੇ ਤੁਹਾਡੇ ਕੋਲ ਹੈ ਨਹੀਂ ਪੈਸੇ ਜਾਓ ਤੁਸੀਂ ਪੜ੍ਹੋ ਜਾ ਕੇ ਤੁਹਾਨੂੰ ਪੜ੍ਹਨ ਲਈ ਕਾਲਜ ਘੱਲਿਆ ਨਾ ਕਿ ਫਿਰਨ ਲਈ ਬਾਪੂ ਜੀ ਮੇਰੀ ਸੁਣੋ ਗੱਲ ਰੁਪਇਆ 15-1500 ਦੇ ਦਿਓ ਨਹੀਂ 2000 ਦੇਣਾ ਤੇ ਤੈਨੂੰ ਸੁਣਦਾ ਨਹੀਂ ਇੱਕ ਵਾਰੀ ਮੈਂ ਨਹੀਂ ਦੇਣੇ ਪੈਸੇ ਤੇ ਨਹੀਂ ਦੇਣੇ ਨਾਲੇ ਤੈਨੂੰ ਨਹੀਂ ਸੁਣ ਰਿਹਾ ਜਾ ਕੇ ਕੰਮ ਕਰ ਆਪਣੇ ਜਾ ਕੇ ਜਾ ਰੋਟੀ ਰੋਟੀ ਖਾ ਕੇ ਉਹ ਪਾ ਕੇ ਨਾਲੇ ਮੁੜ ਕੇ ਜਾ ਕੇ ਪੈਰੀ ਪੁਲੀ ਸਾਂਭੋ ਪੱਠੇ ਪੁੱਡੇ ਵੱਡੋ ਜਾ ਕੇ ਜਾ ਤੂੰ ਰੋਕ ਇੱਥੇ ਹਾਂਜੀ ਦੱਸੋ ਬਾਪੂ ਜੀ ਪੈਸੇ ਤਾਂ ਭਾਵੇਂ ਤੂੰ ਲੈ ਜਾਈ ਮੇਰੇ ਕੋਲ ਆਪਣਾ ਲੈ ਜਾਈ 2000 ਤੇ ਨਾਲ ਭਾਵੇਂ ਉਹਦਾ ਵੀ ਲੈ ਜਾਈ 4 ਲੈ ਲਈ ਭਾਵੇਂ ਪਰ ਉਹਨੂੰ ਨਹੀਂ ਖੜਨਾ ਨਾਲ ਤੂੰ ਜਾ ਇਕੱਲਾ ਘੁੰਮਣ ਉਹ ਕੱਲ੍ਹ ਝੋਨਾ ਲਾਊਗਾ ਝੋਨਾ ਲਾਉਣ ਵਾਲਾ ਹੁਣ ਉਹਨੂੰ ਨਹੀਂ ਘੁੰਮਣ ਘਾਵਣ ਕਰ ਲੈਣਾ ਤੂੰ ਜਾ ਘੁੰਮਣ ਠੀਕ ਉਹ ਇੱਧਰ ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਇਹ ਗੱਲ ਦਾ ਠੀਕ ਬਾਪੂ ਓਏ ਓਏ ਬਾਪੂ ਬਾਪੂ ਓਏ ਬਾਪੂ ਬਾਪੂ ਬੜੀ ਪੀਰ ਹੋਣੀ ਬੜਾ ਕੁੱਟਿਆ ਇਹਨਾਂ ਨੇ ਕਿੰਨਾ ਕੁੱਟਿਆ ਵਾ ਚੱਲ ਬਹਿ ਇੱਥੇ ਆਏ ਕੁੱਟਿਆ ਕਿੰਨਾ ਵਾ ਉਹ ਕਾਲਜ ਵਿੱਚ ਲੜਾਈ ਹੋ ਗਈ ਮੁੰਡਿਆਂ ਨਾਲ ਲੜਾਈ ਹੋ ਗਈ ਆਹੋ ਕਿਹੜੇ ਮੁੰਡਿਆਂ ਨਾਲ ਉੱਥੇ ਕਾਲਜ ਵਿੱਚ ਖਾ ਸਹੀ ਕੀ ਹੋਇਆ ਵਾ ਨਾ ਸ਼ਿਰ ਬੜਾ ਮੰਦਾ ਲਈ ਉਹ ਨਾ ਬੜੀ ਪੀਰ ਹੋਣੀ ਉਹ ਤੇਰੇ ਮੂੰਹ ਤੇ ਸਮੈਲ ਬੜੀ ਆਉਂਦੀ ਸ਼ਰਾਬ ਪੀਤੀ ਹੋ ਮੈਂ ਕਿਤੇ ਸ਼ਰਾਬ ਪੀ ਲਈ ਮੈਂ ਨਹੀਂ ਸ਼ਰਾਬ ਪੀਤੀ ਪੀਤੀ ਆ ਇੰਨੀ ਸਮੈਲ ਕਿੱਥੋਂ ਆਉਣ ਡਈ ਆ ਮੈਨੂੰ ਨਹੀਂ ਪਤਾ ਯਾਰ ਪਰ ਇਹ ਪੀਰ ਹੋਣੀ ਆ ਨਹੀਂ ਜਦੋਂ ਮੈਂ ਤੈਨੂੰ ਕਹਿੰਦਾ ਹਾਂ ਕਿ ਘਿਓ ਖਾ ਦੁੱਧ ਪੀ ਉਦੋਂ ਤੂੰ ਬਰਗਰਾਂ ਵਾਲਾ ਹੋਇਆ ਹਾਂ ਪੈਪਸੀਆਂ ਵਾਲਾ ਹੋਇਆ ਹਾਂ ਤੇ ਹੁਣ ਆ ਗਿਆ ਨਾ ਛਿੱਤਰ ਖਾ ਕੇ ਲੋਕਾਂ ਕੋਲੋਂ ਕਿੱਦਾਂ ਦੁੱਧ ਫਰਾਇਆ ਮੈਨੂੰ ਦੱਸ ਪਹਿਲਾਂ ਦੱਸ ਜਿਹੜੀ ਵੀ ਚੀਜ਼ ਨਵੀਂ ਲੈ ਕੇ ਆਉਣਾ ਪਹਿਲਾਂ ਵੱਡੇ ਨੂੰ ਦਿੰਦਾ ਸੀ ਦੁੱਧ ਘਿਓ ਸਾਰਾ ਕੁਝ ਵੱਡੇ ਨੂੰ ਦਿੰਦਾ ਸੀ ਸ਼ਰਾਬ ਪੀ ਕੇ ਆਇਆ ਤੂੰ ਬਾਹਰ ਆਣ ਕੇ ਝੂਠ ਮਾਰੀ ਜਾਣ ਡਿਆ ਮੈਨੂੰ ਕੀ ਫਾਇਦਾ ਤੇਰਾ ਬਾਪੂ ਨਹੀਂ ਪੀਤੀ ਸ਼ਰਾਬ ਸੱਚੀ ਯਾਰ ਮੈਨੂੰ ਭਲਾ ਪਤਾ ਨਹੀਂ ਤੂੰ ਪੀਤੀ ਕਿ ਨਹੀਂ ਪੀਤੀ ਨਹੀਂ ਪੀਤੀ ਬਾਪੂ ਯਾਰ ਅੱਛਾ ਇੰਨੀ ਉਮਰ ਮੇਰੀ ਐਵੇਂ ਤਾਂ ਨਹੀਂ ਹੋ ਗਈ ਮੈਂ ਤਾਂ ਦੁਨੀਆ 'ਚ ਆ ਰਹੀ ਤੂੰ ਮੈਨੂੰ ਚਾਰਨ ਡਿਆ ਹੈ ਆ ਤੇਰੇ ਪ੍ਰਿੰਸੀਪਲ ਦਾ ਫੋਨ ਆਇਆ ਲੈ ਪੈ ਗਏ ਪੰਗਾ ਪ੍ਰਿੰਸੀਪਲ ਦਾ ਆ ਗਿਆ ਫੋਨ ਹੁਣ ਪ੍ਰਿੰਸੀਪਲ ਨੇ ਸਾਰਾ ਕੁਝ ਬੱਕ ਦੇਣਾ ਹੀ ਮੇਰੇ ਹੀ ਦਰਵਾਜ਼ੇ ਨਹੀਂ ਹੋ ਕੀ ਕਰੀਏ ਕੀ ਗੱਲ ਹੋ ਗਈ ਆ ਸ਼ੁਕਰੀਆ ਬਚ ਗਿਆ ਮੈਂ ਆ ਗਿਆ ਬਾਈ ਵਰਸ਼ ਕੀ ਗੱਲ ਹੋਈ ਤੈਨੂੰ ਹੋਣਾ ਕੀ ਆ ਭਰਾ ਪਤਾ ਨਹੀਂ ਕਿੱਥੋਂ ਸੱਟ ਲਵਾਇਆ ਲੜ ਕੇ ਆਏ ਕਿਸੇ ਨਾਲ ਬਾਹਰੋਂ ਛਿੱਤਰ ਖਾ ਆਇਆ ਜੀ ਤੇ ਨਾਲ ਡੱਫ ਮਾਰ ਕੇ ਆਏ ਪਤਾ ਕਿੱਥੋਂ ਓਏ ਅਰਸ਼ ਕਿਤੋਂ ਕੁਛ ਛਿੱਤਰ ਖਾ ਗਿਆ ਵਾ ਉਹ ਕਾਲਜ ਦੇ ਮੁੰਡੇ ਸੀ ਨਾਲ ਪੜ੍ਹਦੇ ਉਹਨਾਂ ਨੇ ਕੁੱਟਿਆ ਮੈਨੂੰ ਕਿਹੜੇ ਸੀ ਉਹ ਇੱਕ ਕਰਨ ਸੀ ਤੇ ਇੱਕ ਸ਼ਾਇਦ ਯੁਵਰਾਜ ਸੀ ਉਹਨਾਂ ਨੇ ਕੁੱਟਿਆ ਮੈਨੂੰ ਅੱਛਾ ਕਰਨ ਤੇ ਯੁਵਰਾਜ ਆ ਉਹ ਵੈਸੇ ਵੀ ਬੜੇ ਲੀਡਰ ਬਣਦੇ ਆ ਕਾਲਜ ਦੇ ਹੁਣ ਉਹਨੂੰ ਘਰ ਜਾ ਕੇ ਠੋਕ ਆਊਂਗਾ ਪਰ ਰੁਕ ਜਾ ਸੁੱਖ ਨਾ ਜਾ ਪਵਾਤਾ ਨਾ ਸਿਆਪਾ ਚਾਂਦਰ ਮਰ ਜਾ ਕੇ ਹੁਣ ਫੇਰ ਫੋਨ ਆ ਗਿਆ ਨਾ ਪ੍ਰਿੰਸੀਪਲ ਦਾ ਹੈਲੋ ਮੈਂ ਗਰਮ ਖੂਨ ਵਾਲੀ ਕਾਲਜ ਦਾ ਪ੍ਰਿੰਸੀਪਲ ਬੋਲ ਰਿਹਾ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਨਿੱਕੇ ਮੁੰਡੇ ਅਰਸ਼ ਦੀ ਲੜਾਈ ਹੋਈ ਕਾਲਜ ਵਿੱਚ ਪਤਾ ਲੱਗਾ ਤੁਹਾਨੂੰ ਹਾਂਜੀ ਆਇਆ ਸੀ ਘਰ ਵੀ ਪਤਾ ਲੱਗਿਆ ਸੀ ਲੜਾਈ ਹੋਈ ਸਭ ਤੋਂ ਵੱਡੀ ਗੱਲ ਇਹ ਤੇ ਤੁਹਾਡਾ ਮੁੰਡਾ ਜੀ ਡਰਿੰਕ ਕਰਕੇ ਆਇਆ ਕਾਲਜ ਵਿੱਚ ਡਰਿੰਕ ਵੀ ਕੀਤੀ ਡਰਿੰਕ ਤਾਂ ਕੀਤੀ ਉਹ ਤੋਂ ਫੇਲ ਵੀ ਹੋ ਗਿਆ ਜੇ ਤੁਹਾਡਾ ਮੁੰਡਾ ਫੇਲ ਹੋ ਗਿਆ ਕਾਲਜ ਵਿੱਚ ਜਿੰਨੇ ਮੁੰਡੇ ਸੀ ਨਾ ਇਹਨੇ ਸਾਰੇ ਵਿਗਾੜਦੇ ਆ ਤਾਂ ਵੱਡਾ
ਵੱਡਾ ਜਿਹੜਾ ਪਹਿਲੇ ਨੰਬਰ ਤੇ ਆਇਆ ਤੇ ਕੋਈ ਦੁੱਖ ਨਹੀਂ ਪਾਸ ਆ। ਹਾਂਜੀ ਹਾਂਜੀ ਤੁਹਾਡਾ ਨਿੱਕਾ ਮੁੰਡਾ ਫੇਲ ਹੋ ਗਿਆ ਹੈ। ਹੁਣ ਪਤਾ ਕੀ ਕਰੋ, ਜਿੰਨਾ ਧਿਆਨ ਦਿੱਤਾ ਜਾਂਦਾ ਇਹਦੇ ਵੱਲ ਉਹਨਾਂ ਦੋ ਦਿੰਦੇ ਧਿਆਨ ਕੋਈ ਨਹੀਂ। ਚਲੋ ਠੀਕ ਹੈ ਫਿਰ, ਹੁਣ ਸਮਝਾਓ ਇਹਨੂੰ ਜਿੰਨਾ ਸਮਝਾਇਆ ਜਾਂਦਾ ਹੈ। ਉਹ ਸੁੱਖ ਉਹ ਹਾਂਜੀ ਹਾਂਜੀ ਸੁੱਤਾਂ ਅਜੇ ਵੀ ਦੱਸੂਗਾ ਕਿੱਦਾਂ ਕਿਹਦੀ ਪੈਲੀ ਚ ਕਬਜ਼ਾ ਕਰੀਦਾ। ਆਓ ਮੇਰੇ ਨਾਲ ਸਜਾ, ਹੁਣ ਤੂੰ ਲੰਮੇ ਪੈ ਜਾ ਕੇ ਮੈਂ ਦੁੱਧ ਲਿਆਉਣਾ ਤੇਰੇ ਵਾਸਤੇ। ਕੋਈ ਨੀ ਕੋਈ ਨੀ, ਸਾਰਾ ਕੁਝ ਦੋਨੋਂ ਖਵਾਈ ਜਾਂਦਾ ਹੈ, ਜੋ ਦੁੱਧ ਦਹੀਂ ਮੱਖਣ ਸਾਰਾ ਕੁਝ ਦੋਨੋਂ ਚਰੀ ਜਾਂਦਾ ਹੈ। ਜਦੋਂ ਮੇਰੀ ਵਾਰੀ ਆਉਂਦੀ ਆ ਉਦੋਂ ਕਹਿੰਦਾ 1000 ਚੁੱਕ 2000 ਚੁੱਕ, ਆ ਬਾਹਰੋਂ ਜੋ ਮਰਜ਼ੀ ਖਾ ਲਾ, ਉਦੋਂ ਮੇਰੀ ਜਿਹੜੀ ਮੌਤ ਪੈ ਜਾਂਦੀ ਆ। ਤਗੜਾ ਤਾਂ ਉਹਨੇ ਆਪਣੇ ਆਪ ਹੋਣਾ ਜਦੋਂ ਉਹਨੂੰ ਘਰ ਦੀਆਂ ਸਾਰੀਆਂ ਚੀਜ਼ਾਂ ਮਿਲਣੀਆਂ। ਅੱਜ ਤੋਂ ਬਾਅਦ ਜੋ ਇਹ ਖਾਊਗਾ ਉਹ ਤੋਂ ਡਬਲ ਮੈਂ ਖਾਊਂਗਾ, ਜੋ ਇਹ ਪੀਊਗਾ ਉਹ ਤੋਂ ਡਬਲ ਮੈਂ ਪੀਊਂਗਾ। ਯਾਰ ਗਲਤੀ ਤਾਂ ਮੈਂ ਫੇਰ ਕਰਦਾ ਲੱਗਾ ਇਹਨੂੰ ਦੁੱਧ ਪਿਆ ਪਿਆ ਕੇ, ਹੈਂ ਸ਼ਰੀਕਾਂ ਦੇ ਨਿਆਣਿਆਂ ਨੂੰ ਮੈਂ ਦੁੱਧ ਪਿਆਈ ਜਾਣਾ, ਆਪਣੇ ਨੂੰ ਮੈਂ ਦਿੰਦਾ ਨੀਗਾ। ਇਹਨੂੰ ਅੱਜ ਪੱਕਾ ਹੀ ਦੁੱਧ ਪਿਆਉਂਦੇ ਹਾਂ, ਇਹਨੂੰ ਬੇੜਾ ਗਰਕ ਕਰ ਦੇ ਪੱਕਾ ਹੀ ਇਹਦਾ। ਬਾਬੂ ਜੀ ਗੱਲ ਸੁਣਿਆ ਇੱਕ ਮਿੰਟ, ਕੀ ਚੱਲੇ ਜੇ ਉਹਨੂੰ ਦੁੱਧ ਦੇਣ? ਉਹ ਦੁੱਧ ਕੋਈ ਨਾ ਮੈਂ ਦੇ ਦਿੰਦਾ ਤੁਹਾਨੂੰ, ਕੋਈ ਬੜ ਬੁਲਾਉਣ ਡਿਆ ਜੀ ਵੇਖ ਲਓ। ਕੌਣ ਬੁਲਾਉਣ ਡਿਆ? ਉਹ ਵੇਖੋ ਸਹੀ ਬੜ ਬੁਲਾਉਣ ਡਿਆ ਕੋਈ ਨਾ, ਦੁੱਧ ਮੈਂ ਦੇ ਦਿੰਦਾ ਕੋਈ ਨਾ। ਬੱਜਾ ਕੌਣ ਹੈ, ਉੱਥੇ ਤਾਂ ਕੋਈ ਵੀ ਨੀਗਾ। ਉਹ ਵੇਖੋ ਸਹੀ ਬਾਹਰ ਜਾ ਕੇ, ਦੁੱਧ ਹੀ ਦੇਣਾ ਕੋਈ ਨਾ, ਮੈਂ ਦੇ ਜਾਊਂਗਾ ਜਾ ਕੇ, ਦੇ ਦਿਓ ਮੈਨੂੰ। ਸਦਾਈ ਬਣਾਤਾ ਮੈਨੂੰ, ਪਤਾ ਨਹੀਂ ਕਿਉਂ ਝੂਠ ਮਾਰਿਆ ਇਹਨੇ। ਚੱਲ ਕੋਈ ਨਹੀਂ, ਇੱਕ ਟੈਨਸ਼ਨ ਦੀ ਮੁੱਕੀ, ਦੁੱਧ ਪੀ ਲਿਆਉਣੇ ਉੱਧਰ ਉਹਨੇ। ਇਹਨੂੰ ਕੀ ਹੋਇਆ ਵਾ, ਡੇਦਾ ਕੱਲੀ ਫਿਰਦਾ ਤੂੰ? ਕੀ ਹੋਇਆ ਤੈਨੂੰ, ਡੇਦਾ ਕੱਲੀ ਫਿਰਦਾ? ਉਹ ਕੀ ਹੋਇਆ ਵਾ, ਡੇਦਾ ਕੱਲੀ ਫਿਰਦਾ? ਦੁੱਧ ਉਹ ਅਰਸ਼ ਅਰਸ਼ ਓ ਅਰਸ਼ ਚਾਚਾ ਜੀ, ਅਰਸ਼ ਨੂੰ ਗਿਆ ਵਾ? ਪਤਾ ਨਹੀਂ ਯਾਰ ਕੀ ਹੋਇਆ ਇਹਨੂੰ। ਨਹੀਂ ਨਹੀਂ ਫੇਰ ਵੀ ਕੀ ਗੱਲ ਹੋ ਗਈ ਆ, ਤੈਨੂੰ ਇਹਨੇ ਕੋਈ ਦੁੱਧ ਦਿੱਤਾ ਸੀ ਪੀਣ ਨੂੰ? ਨਹੀਂ ਨਹੀਂ, ਮੈਨੂੰ ਤਾਂ ਕੋਈ ਦੁੱਧ ਨਹੀਂ ਫੜਾਇਆ, ਨਾਲੇ ਤੁਸੀਂ ਆਪੇ ਕਿਹਾ ਸੀ ਮੈਂ ਆਪੇ ਹੀ ਫੜਾ ਦੂੰ ਤੈਨੂੰ ਆਣ ਕੇ, ਮੈਨੂੰ ਤਾਂ ਇਹਨੇ ਕੋਈ ਵੀ ਨਹੀਂ ਫੜਾਇਆ ਦੁੱਧ, ਨਾਲੇ ਇਹਨੂੰ ਹੋਇਆ ਕੀ ਆ? ਚਾਚਾ ਅਰਸ਼ ਬੋਲਦੇ ਕਿਉਂ ਨੀ, ਇਹਨੂੰ ਕੀ ਗੱਲ ਗੱਲ ਕੀ ਹੋਈ ਦੱਸੋ ਸਹੀ ਨੂੰ। ਅਰਸ਼ ਰੋਈ ਕਿਉਂ ਜਾਂਦੇ ਨੇ, ਪਤਾ ਕੀ ਇਹਨੇ ਹੁਣ ਜਿਹੜੇ ਸਾਨੂੰ ਕਮੈਂਟ ਕੀਤੇ ਸੀ ਪਹਿਲੀ ਵੀਡੀਓ ਚ, ਅਸੀਂ ਉਹ ਵੀ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ। ਇਹ ਮੈਂ ਪੜਨਾ ਹੈ, ਮੇਰੀ ਤਾਰੀਫ ਹੋਈ ਹੈ। ਸੋ ਪਹਿਲਾ ਕਮੈਂਟ ਆ ਜੀ ਜਸ਼ਨ ਕੋਟਲੀ, ਇਹ ਵੀਰ ਕਹਿੰਦਾ ਕਿਆ ਬਾਤ ਹੈ ਸੁੱਖ ਵੀਰ, ਐਕਟਿੰਗ ਡੇਟਿੰਗ ਐਂਡ ਟੀਮ ਮੇਕਰਸ, ਘੈਂਟ ਆ ਬਾਬੇ, ਥੈਂਕ ਯੂ ਵੀਰ। ਅਤੇ ਅਗਲਾ ਮਨਦੀਪ ਖੰਗੂਰਾ, ਮਨਦੀਪ ਖੰਗੂਰਾ ਵੀਰ ਆਪਣਾ ਆਪਣਾ ਭਰਾ ਆ, ਉਹਦਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ ਵੀਰ, ਬਹੁਤ ਵਧੀਆ ਵਲੋਗ ਸ਼ੂਟ ਕਰਦਾ ਆ ਅਤੇ ਬਹੁਤ ਬਹੁਤ ਵਧੀਆ ਹੈ ਨਾ ਵੀਡੀਓ ਬਣਾਉਂਦਾ। ਦੱਸਿਓ ਵੀਰ ਦਾ, ਵੀਰ ਦਾ ਕਮੈਂਟ ਲੱਗਾ ਪੜਨਾ। ਇਹ ਤਾਂ ਗੱਲਬਾਤ ਐਂਡ ਹੀ ਲਗਾ ਦਿੱਤੀ ਆ, ਬਸ ਖਿੱਚੀ ਚੱਲੋ ਕੰਮ, ਕੰਸੈਪਟ ਵਧੀਆ ਸੀ, ਫਨੀ ਵੀ ਸੀ, ਬਾਈਕ ਵਾਲਾ ਸੀਨ ਵਧੀਆ ਸੀ ਅਤੇ ਆਲ ਦਾ ਬੈਸਟ ਅਤੇ ਲਵ ਯੂ ਆਲ, ਥੈਂਕ ਯੂ ਵੀਰ, ਥੈਂਕ ਯੂ ਵੀਰ। ਅਤੇ ਅਗਲਾ ਕਮੈਂਟ ਦੂਜਾ ਲੈ ਵੀਰ, ਇਹ ਤਾਂ ਗੱਲ ਹਾ ਜੋ ਨਵਦੀਪ ਨਵਦੀਪ ਠੀਕ ਹੈ ਨਾ, ਅਤੇ ਕਮੈਂਟ ਕਰਦੇ ਨੇ ਕਿ ਇਹ ਤਾਂ ਗੱਲ ਹੈ ਜੋ ਅਰਸ਼ ਨਾਲ ਹੋਇਆ, ਬੰਕ ਕਰਦਾ ਪਿਆ ਸੀ ਵਿਚਾਰਾ। ਬਾਈ ਦਾ ਵੇ ਬਹੁਤ ਵਧੀਆ ਵੀਡੀਓ ਬਣਾਉਂਦੇ ਹੋ, ਅਸੀਂ ਤਾਂ ਫੈਨ ਹਾਂ ਤੁਹਾਡੇ। ਮਾੜੀ ਗੱਲ ਆ ਕਿ ਤੁਹਾਡਾ ਸਾਡੇ ਲਾਗੇ ਪਿੰਡ ਆ,
ਤੇ ਉਹ ਤਾਂ ਵੀ ਤੁਹਾਡਾ ਆਟੋਗ੍ਰਾਫ ਨਹੀਂ ਮਿਲਿਆ ਅਗਲਾ ਕਮੈਂਟ ਹੁੰਦਾ ਅਰਸ਼ ਪੜ੍ਹੇਗਾ ਨਹੀਂ ਯਾਰ ਮੈਂ ਕੋ ਕਿ ਚਲੋ ਅਗਲਾ ਮੈਂ ਪੜ੍ਹ ਦੇਣਾ ਫਿਰ ਇਹ ਹੈਗਾ ਜੀ ਮੁਸਕਾਨ ਪ੍ਰੀਤ ਕੌਰ ਕਹਿੰਦੇ ਨੇ ਕਿ ਵੀਰ ਜੀ ਵੀਡੀਓਜ਼ 20-25 ਮਤਲਬ 20-25 ਮਿੰਟ ਦੀ ਹਨਾ ਬਣਾਇਆ ਕਰੋ ਬਾਕੀ ਵੀਡੀਓ ਬਹੁਤ ਫਨੀ ਸੀ ਵੈਲ ਡਨ ਕੀਪ ਇਟ ਅਪ ਥੈਂਕ ਯੂ ਜੀ ਤੇ ਅਗਲਾ ਬਸ ਇਹੋ ਹੀ ਕਮੈਂਟ ਆ ਠੀਕ ਆ ਜਿਹੜੇ ਕਿ ਬਹੁਤ ਵਧੀਆ ਕਮੈਂਟ ਸੀਗੇ ਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਿਆ ਕਰੋ ਅਸੀਂ ਤੁਹਾਡੀ ਅਗਲੀ ਆਉਣ ਵਾਲੀ ਵੀਡੀਓ 'ਚ ਤੁਹਾਡੇ ਨਾਂ ਜ਼ਰੂਰ ਮੈਂਸ਼ਨ ਕਰਾਂਗੇ ਨਵੀਆਂ ਨਵੀਆਂ ਵੀਡੀਓ ਵੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਸਾਡਾ ਚੈਨਲ ਸਬਸਕ੍ਰਾਈਬ ਕਰਨ ਤੋਂ ਪਹਿਲਾਂ ਇੱਕ ਨੂੰ ਪ੍ਰੈਸ ਕਰ ਲਓ ਇਹਨਾਂ ਸਾਨੂੰ ਪਤਾ ਵੀ ਤੁਸੀਂ ਚੈਨਲ ਸਬਸਕ੍ਰਾਈਬ ਕਰਕੇ ਨਹੀਂ ਵੀਡੀਓ ਦੇਖਦੇ ਹਾਂਜੀ ਬਾਕੀ ਚਲੋ ਧੰਨਵਾਦ ਬਹੁਤ